ਬਾਈ ਜੀ ਅੱਜ ਆਪਾਂ ਆਏ ਹੋਏ ਆ ਕਰਤਾਰ ਵਾਲਿਆਂ ਦੇ ਪਲਾਂਟ ਦੇ ਵਿੱਚ ਅੱਜ ਵੀਰ ਉਹਨਾਂ ਨੇ ਕਰਤਾਰ ਕੰਪਨੀ ਦੇ ਵਿੱਚ ਅੱਜ ਇੱਕ ਨਵਾਂ ਇੱਕ ਕੰਬਾਈਨ ਹੈ ਲਾਂਚ ਕੀਤੀ ਹੈ ਪਹਿਲਾਂ ਕੰਬਾਈਨਾਂ ਤਾਂ ਬਹੁਤ ਸਮੇਂ ਤੋਂ ਆਉਂਦੀਆਂ ਨੇ ਇਸ ਕੰਬਾਈਨ ਦੇ ਵਿੱਚ ਕੁਛ ਇਹਨਾਂ ਨੇ ਨਵਾਂ ਹੋਰਾਂ ਨਾਲੋਂ ਡਿਫਰੈਂਟ ਕੀਤਾ ਬੋਲੋ ਜੀ ਸਤਿਗੁਰਾਂ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤਾਂ ਅੱਖੀਆਂ ਜੱਪੀਆਂ ਤੱਕੀਆਂ ਜਿਹਨੇ ਨਾਮ ਜਪਿਆ ਵੰਡ ਕੇ ਸਕੇ ਦਿਖ ਚਲਾਈ ਤੇ ਗਵਾਈ ਦੇਖਣ ਦੇ ਸਤਿ ਸ਼੍ਰੀ ਅਕਾਲ ਜੀ ਬਾਈ ਸਾਰਿਆਂ ਨੂੰ ਸਵਾਗਤ ਆ ਜੀ ਆਪਣੇ ਯੂਟਿਊਬ ਚੈਨਲ 'ਤੇ ਲਓ ਜੀ ਬਾਈ ਅੱਜ ਫਿਰ ਪਹੁੰਚੇ ਹਾਂ ਕਰਤਾਰ ਫੈਕਟਰੀ ਇੱਥੇ ਇਹਨਾਂ ਨੇ ਅੱਜ ਕੰਬਾਈਨ ਆਪਣੇ ਇੱਕ ਲਾਂਚ ਕਰਨੀ ਆ ਡਬਲ ਥਰੈਸ਼ਰ ਡਬਲ ਗੈਡਰਮ ਦੀ ਕੰਬਾਈਨ ਨਾ ਤੁਹਾਨੂੰ ਮੈਂ ਪਹਿਲਾਂ ਦੱਸਿਆ ਵੀ ਤਾਂ ਵੀਡੀਓ 'ਚ ਵੀ ਇਹਨਾਂ ਨੇ ਕੰਬਾਈਨ ਦੀ ਇੱਕ ਲਾਂਚ ਕਰਨੀ ਆ ਨਵੇਂ ਮਾਡਲ 'ਚ ਕਰਨੀ ਤਾਂ ਉਹ ਪਹਿਲਾਂ ਤੀ ਬਾਅਦ ਥੋੜ੍ਹੇ ਜਿਹੇ ਸੀਜ਼ਨ 'ਤੇ ਤੁਹਾਨੂੰ ਪਤਾ ਜੀ ਸੀਜ਼ਨ ਦੇ ਵਿੱਚ ਲਾਂਚ ਕਰਨ ਦਾ ਪ੍ਰੋਗਰਾਮ ਬਣ ਗਿਆ ਇਹਨਾਂ ਦਾ ਉੱਧਰ ਫਿਰ ਅੱਜ ਇੱਕ ਵਾਰੀ ਪਾਸਪੋਰਟ ਦੀ ਇਨਕੁਆਇਰੀ ਜੀ ਤੀ ਉਹ ਨਹੀਂ ਕਲੀਅਰ ਹੁੰਦੀ ਤੀ ਇੱਕ ਕੇਸ ਚੱਲਦਾ ਤਾਂ ਮੇਰੇ ਕੋਲ ਛੋਟਾ ਜਿਹਾ ਰੇਤੇ ਦਾ ਕੰਮ ਕਰਦਾ ਰਿਹਾ ਪਹਿਲਾਂ ਮੈਂ ਰੇਤੇ 'ਚ ਫੜਿਆ ਗਿਆ ਤਾਂ ਲਿਆਉਂਦਾ ਜਾਂ ਰੇਤੇ ਦੇ ਮਾਈਨਿੰਗ 'ਚ ਮੈਨੂੰ ਬਾਈ ਫੜ ਲਿਆ ਤਾਂ ਉਹਦਾ ਕੇਸ ਚੱਲਦਾ ਉਹਦੇ ਕਰਕੇ ਉਹ ਇਨਕੁਆਇਰੀ ਕਲੀਅਰ ਨਹੀਂ ਤੀ ਹੁੰਦੀ ਅੱਜ ਨਾਲੇ ਤਾਂ ਇਨਕੁਆਇਰੀ ਦਾ ਕੰਮ ਨਿਬੜ ਜੂਗਾ ਕਾਲੇ ਬਾਈ ਨੇ ਫੋਨ ਕਰਿਆ ਫਿਰ ਤੁਹਾਨੂੰ ਪਤਾ ਵੀ ਕੰਪਨੀ 'ਚ ਵੀ ਕਹਿੰਦੇ ਵੀ ਜ਼ਰੂਰੀ ਆ ਜਿੱਕਣਾ ਮਰਜ਼ੀ ਕਰ ਮੈਂ ਤਾਂ ਕਾਲੇ ਨੂੰ ਕਿਹਾ ਤਾਂ ਵੀ ਬੰਦਾ ਛੱਡ ਦਿੰਦਾ ਕੋਈ ਭਾਈ ਕਹਿੰਦਾ ਨਹੀਂ ਮੈਂ ਚਲਾ ਲੈਣੀ ਤੂੰ ਮੁੜੇ ਹੀ ਬਸ ਇੱਥੇ ਚਲੋ ਹੁਣ ਬਸ ਲਾਂਚਿੰਗ ਲੱਗਿਆ ਕਰਨ ਕੰਬਾਈਨ ਦੀ ਡਬਲ ਥਰੈਸ਼ਰ ਕੰਬਾਈਨ ਆ ਬਾਕੀ ਤੁਹਾਨੂੰ ਜਿਹੜਾ ਮਾਡਲ ਮੂਡਲ ਨਾਂ ਰੱਖਿਆ ਇਹਨਾਂ ਨੇ ਹਜੇ ਆਪਾਂ ਨੇ ਦੇਖਿਆ ਨਹੀਂ ਤੁਹਾਨੂੰ ਬਾਕੀ ਮੌਕੇ 'ਤੇ ਹੀ ਜਿਵੇਂ ਜਿਵੇਂ ਲਾਂਚਿੰਗ ਕਰਨਗੇ ਉੱਦਾਂ ਉੱਦਾਂ ਹੀ ਦਿਖਾ ਦਾਂਗੇ ਬਾਕੀ ਹੋਰ ਵੀ ਆਪਣੇ ਯੂਟਿਊਬਰ ਪਹੁੰਚੇ ਹੋਏ ਅਰਪਨ ਵਾਸੀ ਪਹੁੰਚਿਆ ਹੋਇਆ ਜਿਹੜਾ ਤੁਸੀਂ ਦੇਖਦੇ ਹੋਣੇ ਅਰਪਨ ਵਾਸੀ ਦਾ ਮਤਲਬ ਚੈਨਲ ਹੈ ਆਪਣੇ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦਾ ਹੀ ਆ ਵੀਰ ਆਪਣੇ ਇਹ ਵੀ ਯੂਟਿਊਬਰ ਆ ਜਿਹੜਾ ਬਹੁਤ ਵਧੀਆ ਵੀਡੀਓ ਪਾਉਂਦਾ ਵੀਰ ਚਲੋ ਹੁਣ ਤੁਹਾਨੂੰ ਨਾਲੇ ਦਿਖਾਉਂਦੇ ਹਾਂ ਕੰਬਾਈਨ ਨਾਲੇ ਆਪਾਂ ਵੀਰ ਉਹਨਾਂ ਦਾ ਗੱਲਬਾਤ ਕਰਦੇ ਹਾਂ ਨਾਲੇ ਤੁਹਾਨੂੰ ਕੰਬਾਈਨ ਦਿਖਾਉਂਦੇ ਹਾਂ ਅਜੇ ਤਾਂ ਵੈਸੇ ਲਾਂਚਿੰਗ ਕਰੀ ਨਹੀਂ ਹੈਗੀ ਅਜੇ ਇਹਨਾਂ ਦੇ ਸਟਾਫ ਮੈਂਬਰ ਪਹੁੰਚ ਰਹੇ ਹਾਂ ਹੌਲੀ ਹੌਲੀ ਕਰਕੇ ਬਾਕੀ ਜ਼ਿਮੀਂਦਾਰ ਭਰਾ ਵੀ ਆਪਣੇ ਬੁਲਾਏ ਹੋਏ ਆ ਬਾਕੀ ਸਭ ਬਾਕੀ ਤੁਹਾਨੂੰ ਸਾਰੀ ਦਿਖਾਉਂਦੇ ਹਾਂ ਹੁਣ ਆਪਾਂ ਗੱਲਬਾਤ ਕਿਵੇਂ ਚੱਲਦੀ ਆ ਕਿਵੇਂ ਨਹੀਂ ਸਾਰਾ ਗੱਲਬਾਤ ਕਰਾਉਂਦੇ ਹਾਂ ਚਲੋ ਲਓ ਜੀ ਬਾਈ ਆਹ ਕੰਬਾਈਨ ਆ ਜਿਹੜੀ ਲਾਂਚ ਕਰਨੀ ਆ ਇਹਨਾਂ ਨੇ ਅੱਜ ਡਬਲ ਥਰੈਸ਼ਰ ਬਾਕੀ ਇਹਨਾਂ ਦੇ ਜਿਹੜੇ ਮੇਨ ਕਰਤਾਰ ਕੰਬਾਈਨ ਦੇ ਹੈੱਡ ਉਹਨਾਂ ਦੇ ਬੰਦੇ ਪਹੁੰਚ ਗਏ ਤੇਗ ਬਹਾਦਰ ਸਿਮਰਿਆ ਕਰਨਾ ਉਹਨੂੰ ਦਿਆ ਵੈ ਧਾਰੇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਂ ਹੋਏ ਸਹਾਰੇ ਦਸਵੇਂ ਪਾਤਸ਼ਾਹ ਜੀ ਜਾਗਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਦਰਸ਼ਨ ਦੀ ਦਾਤ ਦਾ ਧਿਆਨ ਕਰਕੇ ਬੋਲੋ ਜੀ ਸਤਿਗੁਰਾਂ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤਾਂ ਅੱਖੀਆਂ ਜੱਪੀਆਂ ਤੱਕੀਆਂ ਜਿਹਨੇ ਨਾਮ ਜਪਿਆ ਵੰਡ ਕੇ ਸਕੇ ਦਿਖ ਚਲਾਈ ਤੇ ਗਵਾਈ ਦੇਖਣ ਦਰ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਪੁੱਤਰਿਆਂ ਮਾਲੀਆਂ ਚੜ੍ਹਤੀ ਕਲੇ ਪਾਨਾਰਿਆਂ ਨੂੰ ਚੜਾਏ ਗਏ ਗੁਰਦੁਆਰਿਆਂ ਦੀ ਸੇਵਾ ਦੀ ਕੀਤੀਆਂ ਮੈਂ ਸਰਬੱਤ ਖਾਲਸਾ ਜੀ ਦੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿੱਤਿਆ ਵਿਖਾਵਨ ਕਾ ਸਦਕਾ ਸਰਬ ਸੁਖਮੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਾਰ ਚਾਰੇ ਆਇਤ ਦੇਖ ਤੇਗ ਫਤਿਹ ਦਰਜਗੀ ਪੈ ਪੰਥ ਕੀ ਦੀ ਸ੍ਰੀ ਸਾਹਿਬ ਜੀ ਸਾਹਿਬ ਖਾਲਸਾ ਜੀ ਕੀ ਬੋਲ ਬਾਤੇ ਬੋਲੋ ਜੀ
ਸਿੱਖਾਂ ਨੂੰ ਸਿੱਖੀ ਦਾਨ, ਕੇਸ਼ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ, ਚੌਂਕੀਆਂ, ਝੰਡੇ, ਬੂੰਗੇ, ਗੁੱਗੋ, ਗੁੱਗਾ, ਟਲ, ਧਰਮਕ, ਜੈਕਾਰ, ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੇ, ਮਤ ਪਤਕਾ ਰਾਖਾ, ਆਪ ਪੜਤਾਲ ਪੰਥ, ਵਾਹਿਗੁਰੂ ਜੀ ਹੇ ਪਾਂਧੇ, ਸਦਾ ਸਾਹਿਬ ਦਾ ਕਾਰ ਜੀਓ। ਨਨਕਾਣਾ ਸਾਹਿਬ ਤੋਂ ਲੈ ਕੇ ਹੋਰ ਧਾਮਾਂ, ਜਿਨ੍ਹਾਂ ਤੋਂ ਪੰਥ ਨੂੰ ਛੁੜਿਆ, ਖੁੱਲ੍ਹੇ ਦਰਸ਼ਨ, ਦਿਦਾਰੇ, ਸੇਵਾ, ਸੰਭਾਲ ਦਾ ਦਾਨ, ਪਿਆਰੇ ਖਾਲਸਾ ਜੀ ਨੇ ਬਖਸ਼ੂ ਜੀ ਹੇ ਨਿਮਾਣਿਆ ਦੇ ਮਾਨ ਸਤਿਗੁਰੂ ਨੇ ਕਾਣਿਆ ਕੇ ਕਾਣ ਸਤਿਗੁਰੂ। ਧੰਨ 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 ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਅਕਾਲਪੁਰਖ ਵਾਹਿਗੁਰੂ ਜੀ, ਆਪ ਜੀ ਦੇ ਚਰਨਾਂ ਕੋਲ ਆਪਾਸ ਅਰਦਾਸ ਬੇਨਤੀ ਹੈ। ਸਤਿਗੁਰੂ ਜੀ ਦੋਏ ਘਰ ਜੋੜ ਕਰੋ ਅਰਦਾਸ, ਤੁਦ ਭਾਵੈ ਤਿਆਣ ਰਾਸ। ਲਓ ਜੀ ਬਾਈ, ਖੇਡੋ ਜੀ, ਖੇਡੋ ਖੇਡੋ ਖੇਡੋ, ਖੁੱਲਿਆ ਜੀਤ, ਚਾਬੀ ਲਿਆ, ਉਹਨਾਂ ਨੂੰ ਦਵਾਈ ਦੇ ਸਾਬਣ ਦੀ ਚਾਬੀ ਆ ਬਾਈ। ਕੰਬਾਈਨ ਦੀ ਲੋਚਿੰਗ ਹੋ ਗਈ, ਬਾਕੀ ਤੁਹਾਨੂੰ ਵੀਡੀਓ ਦੇ ਮੂਹਰੇ ਤੁਸੀਂ ਦੇਖ ਹੀ ਲਿਆ, ਜਿਹੜੀ ਕਰਤਾਰ ਕੰਬਾਈਨ ਦੀ ਲੋਚਿੰਗ ਹੋਈ ਆ, ਡਬਲ ਥਰੈਸ਼ਰ। ਬਾਕੀ ਤੁਹਾਨੂੰ ਗਗਨ ਵੀਰ ਹੁਣ ਜਾਣਕਾਰੀ ਦਊਗਾ ਮਸ਼ੀਨ ਦੀ ਸਾਰੀ। ਡਬਲ ਥਰੈਸ਼ਰ ਆ, ਡਬਲ ਥਰੈਸ਼ਰ ਕੰਬਾਈਨ ਆ ਬਾਈ, ਇਹਨਾਂ ਨੇ ਅੱਜੇ ਲੋਚ ਕਰੀ ਆ ਇਹ। ਬਾਕੀ ਹੋਰ ਵੀ ਗੱਲਬਾਤ ਜਿਹੜੀ ਹੋਊਗੀ ਸਾਰੀ ਤੁਹਾਨੂੰ ਦਿਖਾਵਾਂਗੇ। 4x4 ਆ, ਬਾਕੀ ਪੂੰਛ ਦੇਖ ਲਓ ਨਵੇਂ ਮਾਡਲ 'ਚ ਬਦਲਤੀ। ਬਾਕੀ ਤੁਹਾਨੂੰ ਅੰਦਰ ਦੇ ਵੀ ਦਿਖਾ ਦਿੰਦੇ ਹਾਂ ਵੀ ਡਬਲ ਥਰੈਸ਼ਰ ਆ ਬਾਈ। ਜਿਹੜਾ ਡਬਲ ਥਰੈਸ਼ਰ ਦਾ ਵਿਊ ਦੇਖੋ ਅੰਦਰ ਦੇ, ਸਟਾਵਕਰ ਪੰਜੇ ਆ, 4x4 ਕਰਤੀ। ਚਲੋ ਹੁਣ ਬਾਕੀ ਆਪਾਂ ਗਗਨ ਬਾਈ ਉਹਨਾਂ 'ਤੇ ਲੈਂਦੇ ਹਾਂ ਇਹਦੀ ਜਾਣਕਾਰੀ ਵੀ ਕਿੱਦਾਂ ਐਪ ਜਿਹੜੇ ਵੀਰ ਨੇ ਪਹਿਲਾਂ ਚਲਾਈ ਆ ਉਹਨਾਂ ਗੱਲ ਵੀ ਕਰਾਂਗੇ ਗੱਲਬਾਤ ਸਾਰੀ। ਹਾਂਜੀ ਬਾਈ ਜੀ, ਅੱਜ ਆਪਾਂ ਆਏ ਹੋਏ ਹਾਂ ਕਰਤਾਰ ਵਾਲਿਆਂ ਦੇ ਪਲਾਂਟ ਦੇ ਵਿੱਚ। ਅੱਜ ਵੀਰ ਉਹਨਾਂ ਨੇ ਕਰਤਾਰ ਕੰਪਨੀ ਦੇ ਵਿੱਚ ਅੱਜ ਇੱਕ ਨਵਾਂ ਇੱਕ ਕੰਬਾਈਨ ਹੈ ਲਾਂਚ ਕੀਤੀ ਆ। ਪਹਿਲਾਂ ਕੰਬਾਈਨਾਂ ਤਾਂ ਬਹੁਤ ਸਮੇਂ ਤੋਂ ਆਉਂਦੀਆਂ ਨੇ, ਇਸ ਕੰਬਾਈਨ ਦੇ ਵਿੱਚ ਕੁਛ ਇਹਨਾਂ ਨੇ ਨਵਾਂ ਹੋਰਾਂ ਨਾਲੋਂ ਡਿਫਰੈਂਟ ਕੀਤਾ ਹੈ। ਕੰਬਾਈਨ ਦਾ ਵੀ ਤੁਹਾਨੂੰ ਦੰਨਿਆ ਰਿਵਿਊ ਪੂਰਾ ਇੱਧਰ। ਪਹਿਲਾਂ ਤਾਂ ਗਗਨ ਵੀਰ ਜੀ ਨੂੰ ਮਿਲੋ। ਸਤਿ ਸ਼੍ਰੀ ਅਕਾਲ ਜੀ ਬਾਈ, ਮੈਂ ਗਗਨਦੀਪ ਸਿੰਘ ਚੀਮਾ, ਕਰਤਾਰ ਕੰਬਾਈਨ ਭਾਦਸੋ ਤੋਂ। ਅੱਛਾ, ਤੁਹਾਨੂੰ ਜਾਣ ਕੇ ਅੱਜ ਬੜੀ ਖੁਸ਼ੀ ਹੋਊਗੀ, ਅਸੀਂ ਨੇ ਨਵਾਂ ਮਾਡਲ ਲਾਂਚ ਕੀਤਾ ਕਰਤਾਰ 4000 ਡਬਲ ਥਰੈਸਰ, ਠੀਕ ਹੈ। ਪਹਿਲਾਂ ਤਾਂ ਜੀ ਆਇਆਂ ਨੂੰ, ਕਿਸਾਨ ਭਰਾਵਾਂ ਨੂੰ ਜਿਹੜੇ ਅੱਜ ਸਾਡੇ ਇਸ ਪ੍ਰੋਗਰਾਮ 'ਚ ਹੁੰਮ ਹੁਮਾ ਕੇ ਪਹੁੰਚੇ ਨੇ, ਅਤੇ ਸਾਡੇ ਮੈਨੇਜਿੰਗ ਡਾਇਰੈਕਟਰ ਸਾਹਿਬ, ਡਾਇਰੈਕਟਰ ਸਾਹਿਬਾਨ, ਹੋਰ ਮੇਰੇ ਸੀਨੀਅਰ ਸਟਾਫ ਮੈਂਬਰ ਸਨ, ਠੀਕ ਹੈ, ਸਾਰਿਆਂ ਨੂੰ ਜੀ ਆਇਆਂ ਨੂੰ ਇੰਨਾ ਧੰਨਵਾਦ ਜਿਹੜੇ ਇੱਥੇ ਸਾਡੇ ਪ੍ਰੋਗਰਾਮ 'ਚ ਸ਼ਿਰਕਤ ਕੀਤੀ ਹੈ, ਅਤੇ ਆਪਣੇ ਚੈਨਲ ਵਾਲੇ ਵੀਰ। ਅਤੇ ਆਪਣਾ ਨਵਾਂ ਮਾਡਲ ਆ ਜੀ ਡਬਲ ਥਰੈਸਰ, ਅਸੀਂ ਨੇ ਮਾਰਕੀਟ 'ਚ ਅੱਜ ਲਾਂਚ ਕਰਿਆ, ਠੀਕ ਹੈ। ਕਾਫੀ ਜਾਣੇ ਜੀ, ਇਹਦਾ ਮਾਡਲ ਨੇਮ ਵੀਰੇ ਕਰਤਾਰ 4000 4000 ਜੀ, ਇਹਨੂੰ ਡਬਲ ਥਰੈਸਰ, ਠੀਕ ਹੈ, ਡਬਲ ਥਰੈਸਰ, ਹਾਂ ਜਿਹੜਾ ਮੇਨ ਨਾਮ ਆ ਜੀ ਇਹਦਾ ਮਾਡਲ ਦਾ ਡਬਲ ਥਰੈਸਰ ਹੈ, ਠੀਕ ਹੈ, ਠੀਕ ਹੈ ਜੀ। ਹਾਂ, ਇਹ ਆਪਾਂ ਨੇ ਅੱਜ ਮਾਰਕੀਟ 'ਚ ਲਾਂਚ ਕਰਿਆ ਜੀ। ਇਹਦੇ ਕੁਛ ਨਵੇਂ ਫਿਊਚਰ ਜਿਹੜੇ ਆਪਾਂ ਨੇ, ਇਹ ਨੇ ਜੀ ਦੇਖੋ ਤੁਸੀਂ, ਇੱਕ ਤਾਂ ਇਹਦੇ ਆਪਣਾ ਥਰੈਸਰ ਜਿਹੜਾ ਡਬਲ ਕਰਿਆ ਹੋਇਆ ਨਾ, ਉਹਦੇ ਦਿਨੇ ਥਰੈਸਰ ਵਗੈਰਾ ਉਹਦੀ ਐਡਜਸਟਮੈਂਟ ਹੁੰਦੀ ਆ ਪ੍ਰੋਪਰ, ਠੀਕ ਹੈ ਜੀ। ਥਰੈਸਰ ਵਗੈਰਾ ਦੀ ਇਹਦੇ ਨਾਲ ਚੱਕਰਾਂ ਦੀ ਪੂਰੀ ਐਡਜਸਟਮੈਂਟ ਹੁੰਦੀ ਹੈ, ਠੀਕ ਹੈ। ਇੱਕ ਆ ਪਿੱਛੇ ਆ ਕੇ ਦੇਖੋ ਤੁਸੀਂ, ਇਹਨੂੰ ਬੈਲੈਂਸ ਸਿਲੰਡਰ ਲੱਗਿਆ ਹੋਇਆ, ਠੀਕ ਹੈ। ਥੱਲੋਂ ਕਟਾਈ ਪੂਰਾ ਪ੍ਰੋਪਰ ਕਰਦੀ ਹੈ। ਨੰਬਰ 2, ਇੱਕ ਆ ਦੇਖੋ ਸਾਡੀ ਸਟੀਅਰਿੰਗ ਆਰਮ ਨੂੰ ਧਿਆਨ ਨਾਲ,
ਇਹ ਸਾਡਾ ਖੁਦ ਦਾ ਅੰਦਰੋਂ R&D ਦਾ ਡਿਜ਼ਾਈਨ ਕਰਕੇ ਲਾਇਆ ਹੋਇਆ ਪੂਰਾ ਹੈਵੀ ਡਿਊਟੀ ਚ ਦੇਖੋ ਪੂਰਾ ਹੈਵੀ ਚ ਬਾਈ ਮੋਰਨੀ ਹੈ ਜਿਹੜੀ ਪੂਰੀ ਹੈਵੀ ਕਰਤੀ ਜਿਵੇਂ ਅੱਗੇ ਮੋਰਨੀਆਂ ਦੀ ਕੰਪਲੇਂਟ ਆਉਂਦੀ ਸੀ ਹੁਣ ਬਿਲਕੁਲ ਕੰਪਲੇਂਟ ਨਹੀਂ ਆਊਗੀ ਇਹ ਚੀਜ਼ ਦੀ ਕਾਫੀ ਜ਼ਿਆਦਾ ਹਾਂ ਜਾਣ ਸੀ ਦੂਸਰੇ ਮਾਡਲ ਨਾਲੋਂ ਇਹਦਾ ਕਾਫੀ ਜ਼ਿਆਦਾ ਡਿਫਰੈਂਸ ਆ ਬਾਕੀ ਤੁਸੀਂ ਇਹਦੀ ਆਊਟਰ ਲੁੱਕ ਵਗੈਰਾ ਵੀ ਦੇਖ ਲਈ ਹੋਊਗੀ ਇੱਕ ਤੁਸੀਂ ਇਹਦਾ ਆਪਣਾ ਦਾਣੇ ਵਾਲਾ ਔਗਰ ਦੇਖੋ ਬਾਕੀ ਕੰਪੈਨਾਂ ਨਾਲੋਂ ਸਿਰਫ ਇਹਨਾਂ ਨੂੰ ਅਸੀਂ ਹਿੱਸਾ ਨਾਲ ਦੇਣਾ ਜਾ ਕੇ ਖੇਤ 'ਚ ਇਹਨੂੰ ਲਾ ਲੈਣਗੇ ਠੀਕ ਹੈ ਬਾਕੀ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਬਾਕੀ ਜਿਵੇਂ ਆਪਣੇ ਫੀਚਰਸ ਵਗੈਰਾ ਨੇ ਆ ਬਲੋਰ ਦੇਖੋ ਇਹਦਾ ਦੂਸਰੀ ਮਸ਼ੀਨ ਨਾਲੋਂ ਕਾਫੀ ਜ਼ਿਆਦਾ ਡਿਫਰੈਂਸ ਹੈ ਇਹ ਜ਼ਿਆਦਾ ਫਰ ਕਰਤੇ ਇਹਦੇ ਹਾਂਜੀ ਇਹਦੀ ਉਹ ਕਰਤੀ ਬਾਕੀ ਤੁਹਾਨੂੰ ਪਹਿਲਾਂ ਵੀ ਚਲੋ ਪਤਾ ਹੀ ਇਹ ਚੀਜ਼ ਬਾਰੇ ਜਿਵੇਂ ਹੁਣ ਆਪਣੀ ਮਸ਼ੀਨ 'ਚ ਸਟੀਲ ਕਿੱਥੇ ਆਪਾਂ ਯੂਜ ਕਰਦੇ ਜਿਵੇਂ ਐਲੀਵੇਟਰਾਂ ਦੇ ਹੈਂਡ ਵਗੈਰਾ ਹੋ ਗਏ ਅੰਦਰ ਦੀਆਂ ਰੇਲਾਂ ਹੋ ਗਈਆਂ ਜਿਵੇਂ ਕਾਟਰ ਦੀ ਚਾਦਰ ਹੋ ਗਈ ਹੈ ਨਾ ਅਤੇ ਆਪਣਾ ਫੀਡਰ ਦੇ ਨੀਚੇ ਵਾਲਾ ਅਤੇ ਗਾਈਡ ਡਰਮ ਦੀਆਂ ਪੱਤੀਆਂ ਜਿਹੜੇ ਘਸਾਈ ਵਾਲੇ ਪਾਰਟ ਨੇ ਉਹ ਮਸ਼ੀਨ ਨੂੰ ਤਕਰੀਬਨ ਸਾਡੇ ਜ਼ਿਆਦਾਤਰ ਅਸੀਂ ਉਹਨੂੰ SS ਦੀ ਚਾਦਰ ਯੂਜ਼ ਕਰਦੇ ਹਾਂ ਸਟੀਲੀ ਚਾਦਰ ਮਤਲਬ ਜ਼ਿਆਦਾ ਆ ਹਾਂਜੀ ਹਾਂ ਜਿਹੜਾ ਘਸਾਈ ਵਾਲੇ ਪਾਰਟ ਨੇ ਤੁਸੀਂ ਨੂੰ ਵੀ ਪਹਿਲਾਂ ਦੇਖੋ ਪਤਾ ਹੀ ਆ ਆਪਣਾ ਵੱਡਾ ਗੇਅਰ ਹੈ ਸਰ ਠੀਕ ਹੈ ਹਾਂ ਬਿਲਕੁਲ ਗੇਅਰ ਬਾਈ ਜਿਹੜਾ ਲਾਇਆ ਪੂਰਾ ਘੋੜੇ ਵਾਲਾ ਗੇਅਰ ਕਹਿੰਦੇ ਜਿਹਨੂੰ ਉਹ ਗੇਅਰ ਲਾ ਤਾ ਬਾਕੀ 4x4 ਲਾ ਕੇ ਕੰਬਾਈਨ ਨੂੰ ਦਿੱਤਾ ਇਹਨਾਂ ਨੂੰ ਹਿੱਸਾ ਜਿਹੜਾ ਉਹ ਨਾਲ ਦੇ ਦੇਣਾ ਅਤੇ ਆਪਣਾ ਇਹ ਬਾਈ ਜਿਹੜੇ ਵੀਰ ਉਹਨਾਂ ਨੇ ਲਈ ਆ ਉਹਨਾਂ ਨੇ ਆਪਣਾ ਏਰੀਏ ਜਾ ਕੇ ਲਾ ਲੈਣਗੇ ਇਹ ਬਾਕੀ ਤੁਸੀਂ ਦੇਖ ਲਓ ਗੇਅਰ ਆ ਤਕਰੀਬਨ ਜਿਹੜੀ ਬਹੁਤ ਜ਼ਿਆਦਾ ਲਾਈਫ ਆ ਤਕਰੀਬਨ ਅਸੀਂ 2014 ਤੋਂ ਇਹ ਗੇਅਰ ਨੂੰ ਯੂਜ਼ ਕਰਦੇ ਆ ਲਾ ਰਹੇ ਹਾਂ ਠੀਕ ਹੈ ਜੀ ਹਾਂ ਤਕਰੀਬਨ ਇਹ ਗੇਅਰ ਦੀ ਇੰਨਾ ਜ਼ਿਆਦਾ ਲਾਈਫ ਆ ਜੇ ਦੂਸਰੇ ਗੇਅਰ ਦੇ ਨਾਲੋਂ ਠੀਕ ਹੈ ਜੀ ਬਾਕੀ ਬਾਈ ਫੀਟਰ ਵਾਲੀਆਂ ਚੈਨਾਂ ਜਿਹੜੀਆਂ ਚਾਰ ਚੈਨਾਂ ਕਰਤੀਆਂ ਇਹ ਅੱਗੇ ਜਿਵੇਂ 3 ਚੈਨਾਂ ਆਉਂਦੀਆਂ ਦੀਆਂ ਇਹ 'ਚ 4 ਕਰਤੀਆਂ ਬਾਕੀ ਵੀਰੇ ਕੈਬਨ 'ਚ ਵੀ ਕੁਝ ਚੇਂਜ ਕਰੇ ਆ ਕੈਬਨ 'ਚ ਕਾਫੀ ਜ਼ਿਆਦਾ ਇਹਦੀ ਦੇਖੋ ਦੂਸਰੀ ਆਪਣੇ ਅੱਗੇ ਨਾਲੋਂ ਸਪੇਸ ਦੇਤੀ ਥੋੜ੍ਹਾ ਜਿਹਾ ਠੀਕ ਹੈ ਜੀ ਜਿਵੇਂ ਹੁਣ ਉਹਦਾ ਤੁਸੀਂ ਲੀਵਰ ਵਗੈਰਾ ਦੇਖੋ ਦੂਸਰੀ ਮਸ਼ੀਨ ਦਾ ਜਿਵੇਂ ਆਪਣੇ 2 ਜਾਂ 3 ਲੀਵਰ ਹੁੰਦੇ ਆ ਗੇਅਰ ਵਾਲੇ ਇੱਕ ਲੀਵਰ 'ਚ ਕਰੀ ਹੋਈ ਆ ਸਪੇਸ ਵੀ ਇਹਦਾ ਅਡਜਸਟੇਬਲ ਹੈ ਹਨਾ ਡਬਲ ਪੈਡਲ ਚਲੋ ਬਾਕੀ ਤੁਹਾਨੂੰ ਉੱਪਰ ਤੇ ਹੀ ਕਰਦੇ ਹਾਂ ਆਪਾਂ ਦਿਖਾਉਂਦੇ ਹਾਂ ਤੁਹਾਨੂੰ ਕੈਬਨ 'ਚੋਂ ਵੀ ਹੁਣ ਲਓ ਜੀ ਬਾਈ ਆਪਾਂ ਕੈਬਨ ਦੇ ਵਿੱਚ ਆ ਗਏ ਜਿਵੇਂ ਕੈਬਨ ਤੁਸੀਂ ਪਹਿਲਾਂ ਮਸ਼ੀਨਾਂ ਦੇਖਦੇ ਜੀ ਕਰਤਾਰ ਦੀਆਂ ਮਿਊਜ਼ਿਕ ਸਿਸਟਮ ਵਗੈਰਾ ਹੋਰ ਉਹ ਦੇਖੋ ਲਾਈਟਸ ਵਗੈਰਾ ਕੈਬਨ 'ਚ ਬਹੁਤ ਚੇਂਜ ਕਰਤਾ ਜੀ ਖੁੱਲ੍ਹਾ ਡੁੱਲਾ ਕੈਬਨ ਹੈ ਇਹਦਾ ਅੱਛਾ ਗਗਨ ਬਾਈ ਜੀ ਹੋਰ ਇਹ 'ਚ ਆਪਣੇ ਦੇਖੋ ਜੀ ਇਹ 'ਚ ਆਪਣੀ ਮੇਨ ਖਾਸੀਅਤ ਦੇਖੋ ਸਟੀਅਰਿੰਗ ਬਾਈ ਐਡਜਸਟੇਬਲ ਕਰਤੀ ਠੀਕ ਹੈ ਡਰਾਈਵਰ ਨੂੰ ਇਹ 'ਚ ਚਲਾਉਣ 'ਚ ਪੂਰੀ ਆਰਾਮਦਾਇਕ ਹੈ ਜਿੱਥੇ ਮਰਜ਼ੀ ਲੋ ਆਪਣੀ ਐਡਜਸਟਮੈਂਟ ਕਰ ਸਕਦੇ ਇਹ ਐਡਜਸਟੇਬਲ ਸਟੀਅਰਿੰਗ ਕਰਤਾ ਜੀ ਆ ਦੇਖੋ ਇੱਧਰ ਲੀਵਰ ਲਾਤਾ ਲੀਵਰ ਲਾ ਕੇ ਐਡਜਸਟੇਬਲ ਸਟੀਅਰਿੰਗ ਕਰਤਾ ਬਾਕੀ ਮੀਟਰ ਤਾਂ ਇਹਦੇ ਸੇਮ ਹੀ ਆ ਜਿੱਕਣਾ ਆਪਣੇ ਦੇਖੋ ਤੁਸੀਂ ਇੱਕ ਲੀਵਰ 'ਚ ਇਹਦਾ ਗੇਅਰ ਵਾਲਾ ਸਿਸਟਮ ਸਿੰਗਲ ਲੀਵਰ ਗੇਅਰ ਕਰਤਾ ਬਾਈ ਦੇਖੋ ਨਹੀਂ ਆਪਣੇ ਡਬਲ ਲੀਵਰ ਹੁੰਦਾ ਤਾਂ ਇਹ ਸਿੰਗਲ ਲੀਵਰ ਕਰਤਾ ਇਹ 4x4 ਲਾਤਾ ਜੀ 4x4 ਦਾ ਲੀਵਰ ਹੈ ਜੀ ਅੱਛਾ ਇਹ 4x4 ਦਾ ਲੀਵਰ ਲਾਤਾ ਜੀ ਆ ਬਾਕੀ ਮੀਟਰ ਮੋਬਾਈਲ ਚਾਰਜਰ ਜਿਵੇਂ ਆਪਾਂ ਨੂੰ ਚਾਰਜਰ ਦੀ ਸਮੱਸਿਆ ਆਉਂਦੀ ਸੀ ਮੋਬਾਈਲ ਚਾਰਜਰ ਲਾਤਾ ਕੇਬਲ ਲਾਓ ਸਿੱਧਾ ਮੋਬਾਈਲ ਚਾਰਜ ਲਾਓ ਬਾਕੀ ਆਹ ਤਾਂ ਲੀਵਰ ਤੁਹਾਨੂੰ ਪਤਾ ਹੀ ਹੈ ਸੇਮ ਟੂ ਸੇਮ ਉਹੀ ਕਮਾਨ ਆ ਜਿਹੜੀ ਬਾਕੀ ਥ੍ਰੈਸ਼ਰ ਦੇ ਚੱਕਰ ਵਧਾਉਣੇ ਘਟਾਉਣੇ ਨੇ ਕਿੱਥੋਂ ਸੈਟਿੰਗ ਕਰਨੀ ਉਹ ਸਾਰਾ ਸਿਸਟਮ ਇਹ ਇੱਕ ਥ੍ਰੈਸ਼ਰ ਦਾ ਇੱਕ ਲੀਵਰ ਗਲੇ ਦੋ ਥ੍ਰੈਸ਼ਰ ਸੈਟ ਹੁੰਦੇ ਆ ਉਹਦੀ ਦੇਖੋ ਇੱਕ ਥ੍ਰੈਸ਼ਰ ਦੀ ਆਪਾਂ ਉੱਪਰੋਂ ਸੈਟਿੰਗ ਕਰੀ ਹੋਈ ਆ ਠੀਕ ਹੈ ਜੀ ਦੂਸਰੇ ਦੀ ਥੱਲੇ ਜੋ ਮੈਂ ਤੁਹਾਨੂੰ ਦਿਖਾਇਆ ਸੀਗਾ ਉੱਥੋਂ ਉਹਦੀ ਐਡਜਸਟਮੈਂਟ ਅੱਛਾ ਥੱਲੇ ਤੇ ਐਡਜਸਟਮੈਂਟ ਹੋਣੀ ਦੂਜੇ ਥ੍ਰੈਸ਼ਰ ਦੀ ਬਾਕੀ ਸੀਟ ਬਾਈ ਨਵੇਂ ਮਾਡਲ 'ਚ ਲਾਤੀ ਆ ਦੇਖੋ ਫੁੱਟ ਰੈਸਟ ਲਾਤੇ ਵੀ ਇਹਦੇ ਪਰ ਬੰਦਾ ਜਿੱਕਣਾ ਮਰਜ਼ੀ ਥੱਕ ਨਹੀਂ ਸਕਦਾ ਬੰਦਾ ਮਸ਼ੀਨ ਤੇ ਬਾਕੀ ਇੰਜਨ ਵੀਰੇ ਕਿਹੜਾ ਹੈ ਜੀ ਲਾਲੀਨੋ ਠੀਕ ਹੈ ਜੀ 101 ਹੌਸ ਪਾਵਰ ਠੀਕ ਹੈ ਇੰਜਨ ਬਾਈ ਉਹੀ ਆ ਬਾਕੀ ਤੁਹਾਨੂੰ ਇੰਜਨ ਦੀ ਵੀ ਇੱਕ ਵਾਰ ਦਿਖਾ ਦਿੰਦੇ ਹਾਂ ਕਿ ਇੰਜਨ ਬਾਈ ਉਹੀ ਆ ਜਿਹੜਾ 101 ਹੌਸ ਪਾਵਰ ਲਾਲੀਨੋ ਬਾਕੀ ਹੋਰ ਤੁਹਾਨੂੰ ਥੱਲੇ ਤੇ ਜਿਹੜੀ ਥ੍ਰੈਸ਼ਰ ਦੀ ਜਾਣਕਾਰੀ ਆ ਬਾਕੀ ਇਹਦੇ ਜਿਹੜੇ ਡੀਜ਼ਲ ਵਾਲੀ ਟੈਂਕੀ ਆ ਸ਼ੀਲਡਾਂ ਦੇ ਵਿੱਚ ਕਵਰ ਹੋ ਗਈ ਬਾਕੀ ਉੱਪਰ ਦੇ ਵੀ ਖੁੱਲ੍ਹੀ ਡੁੱਲੀ ਆ ਟੈਂਕ ਵੀ ਟੈਂਕ ਤਾਂ ਉੱਕਣੇ ਆ ਬਾਈ ਉਹੀ ਚੀਜ਼ ਆ ਬਾਕੀ ਹੋਰ ਥੱਲੇ ਤੇ ਆਪਾਂ ਜਾਣਕਾਰੀ ਦਿੰਦੇ ਹਾਂ ਤੁਹਾਨੂੰ ਹੋਰ ਵੀ ਜਿਹੜੀ ਮਾੜੀ ਮੋਟੀ ਰਹਿੰਦੀ ਹੁਣ ਆਪਾਂ ਹੇਠਾਂ ਆ ਗਏ ਮਸ਼ੀਨ ਦੇ ਬਾਕੀ ਤੁਸੀਂ ਜਿਹੜਾ ਫਲੈਟ ਪੱਟਾ ਤਾ ਉਹਦੀ ਜਗ੍ਹਾ ਦੇਖੋ ਕਰਤਾਰ ਕੰਬਾਈਨ ਬੈਲਟ ਪਾਉਣ ਲੱਗ ਗਈ ਬਾਕੀ ਬਹੁਤ ਹੈਵੀ ਕਰਤਾ ਦੇਖੋ ਤੁਸੀਂ ਦੇਖਣ ਨੂੰ ਵੀ ਕਿੰਨੀ ਘੈਂਟ ਲੱਗਦਾ ਲੁੱਕ ਕਿੰਨੀ ਘੈਂਟ ਲੱਗਦੀ ਆ ਹਾਂਜੀ ਗਗਨ ਬਾਈ ਜੀ ਆਪਾਂ ਦੇ ਥ੍ਰੈਸ਼ਰ ਥੱਲੇ ਵਾਲੇ ਥ੍ਰੈਸ਼ਰ ਇੱਥੇ ਦੇ ਚੱਕਰ ਘੱਟ ਵੱਧ ਹੋਣੇ ਆ ਇਹਦੀ ਐਡਜਸਟਮੈਂਟ ਦਿੱਤੀ ਹੋਈ ਠੀਕ ਹੈ ਇੱਕ ਥ੍ਰੈਸ਼ਰ ਦੀ ਉੱਪਰ ਹੋਣੀ ਆ ਇੱਕ ਦੀ ਆਹ ਚੀਜ਼ ਇਹਨੂੰ ਦਿੱਤੀ ਹੋਈ ਆ ਜਿਹੜੀ ਇਹਦੀ ਚੱਕਰ ਦੇਖੋ ਆ ਚੈਨ ਸਿਸਟਮ ਕਰਿਆ ਅੱਛਾ ਚੈਨ ਪਾਈ ਵੀ ਹੈ ਜੀ ਸਿਸਟਮ ਆਪਾਂ ਨੇ ਚੇਂਜ ਕਰਦਾ ਠੀਕ ਆ ਬਸ ਇੱਥੇ ਤੇ ਆਪਾਂ ਚੱਕਰ ਘੱਟ ਵੱਧ ਕਰ ਲੈਣੇ
ਠੀਕ ਬਾਕੀ ਬਾਈ ਬਲੌਰ ਦਾ ਇਹ ਬਲੌਰ ਦੇ ਵਿੱਚ ਚੱਕਰ ਉੱਕਣੇ ਕਰਤੇ ਜੀ ਇਹ ਵੀ ਚੱਕਰ ਉੱਕਣੇ ਕਰਤੇ ਬਾਕੀ ਬਾਈ ਮਸ਼ੀਨ ਦੀ ਲੁੱਕ ਲੈ ਰਹੀ ਲੱਗਦੀ ਆ ਹੋਰ ਗਗਨ ਬਾਈ ਬਸ ਇਹੀ ਮੰਨ ਲਓ ਇਹ ਚ ਕਰਿਆ ਹੈ जुड़े हुए तक भी दो डीलक्स मॉडल ने इस बार डबल थ्रेसर कंबाइन लेके जा रहे हैं ठीक है धन्यवाद भीरे बहुत बहुत थोड़ा जानकारी देने वास्ते बाकी थानू कलर तो दे के लिया तुसी बई मशीन देख के रूह लैंदी आ भी कलर देखो किन्ना प्यारा कोई यह जी वो नहीं हैगी भी कलर भी एन पूरा वधिया करदे आ पट्टी पेंट करदे आ कोई कलर भी यह जिहा नहीं हैगा भी बाकी तुसी देखदे आ सीढ़ी पिछे ते चढ़ने वाली जिहड़ी पौड़ी है इहदी इह इत्थे ते बाद कट्ठी उपर चकनी आ तां आपां उपर भी चक सकदे आ आ देखो उपर चक्की गई ਇਹ ਤਾਂ ਬਾਅਦ ਡੀਜ਼ਲ ਵਾਲੀ ਟੈਂਕੀ ਹੈ ਜਿਹੜੀ ਇਹਦੀ ਸ਼ੀਲਡ ਦੇ ਵਿੱਚ ਕਰਤੀ ਜਿਹੜੀ ਬੈਕ ਬੱਤੀਆਂ ਉੱਪਰ ਕਰਤੀਆਂ ਆਟੋ ਕਲੀਨਰ ਆ ਬਾਕੀ ਹੋਰ ਤਾਂ ਤੁਹਾਨੂੰ ਸਾਰਾ ਦਿਖਾ ਹੀ ਦਿੱਤਾ ਇੱਧਰ ਵੀ ਚੈਨ ਪਾਈ ਹੋਈ ਜਿਹੜੀ ਗੈ ਆਪਣੇ ਕਰੈਂਕ ਚਲਾ ਰਹੀ ਹੈ ਕਰੈਂਕ ਨੂੰ ਸਟਾਫ ਵਕਰ ਚੱਲਣੇ ਆਹ ਚੈਨ ਆ ਉਹ ਸਟਾਫ ਵਕਰਾਂ ਲੰਬੀ ਕਰਕੇ ਪਾਤੀ ਬਾਕੀ ਤੁਹਾਨੂੰ ਗੇਅਰ ਤਾਂ ਦਿਖਾ ਹੀ ਦਿੱਤਾ ਬਾਕੀ ਜਿਹੜਾ 4x4 ਵਾਲਾ ਸਿਸਟਮ ਆ ਉਹ ਕੰਪਨੀ ਲਾ ਕੇ ਦੇ ਰਹੀ ਆ ਆਹ ਦੇਖੋ 4x4 ਲੱਗਿਆ ਹੋਇਆ ਬਾਕੀ ਹੁਣ ਮਿਲਦੇ ਆ ਬਾਈ ਉਹਨਾਂ ਨੇ ਜਿਨ੍ਹਾਂ ਨੇ ਖਰੀਦੀ ਆ ਇਹ ਮੋਗੇ ਏਰੀਏ ਜਾਣੀ ਆ ਬਾਂਦਰ ਪਿੰਡ ਬਈ ਕਰਤਾਰ ਕੰਬਾਈਨ ਨੇ ਅੱਜ ਜਿਹੜੀ ਕੰਬਾਈਨ ਲਾਂਚ ਕਰੀ ਆ ਇਹ ਅੱਜ ਤੋਂ ਇਹਨਾਂ ਭਾਅ ਜੀ ਉਹਨਾਂ ਨੂੰ ਪੁੱਛਦੇ ਆ ਵੀ ਪਹਿਲਾਂ ਇਹਨਾਂ ਕੋਲ ਗਈ ਹੋਈ ਆ ਕੰਬਾਈਨ ਹੋਰੀ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਹਾਂਜੀ ਗਗਨ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਵੀਰੇ ਇਹ ਆਪਣੇ ਕਰਨਵੀਰ ਜੀ ਮੁੱਲਾਪੁਰ ਦਾਖਾ ਤੋਂ ਨੇ ਠੀਕ ਹੈ ਜੀ ਤਕਰੀਬਨ 2 ਸਾਲ ਹੋ ਗਏ ਇਹਨਾਂ ਨੂੰ ਆਪਣੀ ਡਬਲ ਥ੍ਰੈਸਰ ਮਸ਼ੀਨ ਚਲਾਉਂਦੇ ਆ ਠੀਕ ਹੈ ਜੀ ਇਹੀ ਮਾਡਲ ਚਲਾਉਨੇ ਜਿਹੜਾ ਆਪਾਂ ਲਾਂਚ ਕਰਿਆ ਜੀ ਠੀਕ ਹੈ ਜੀ ਹਾਂ ਬਾਕੀ ਵੀਰ ਉਹ ਨਹੀਂ ਆਪਣੇ ਨਾਲ ਖੜੇ ਨੇ ਤੁਸੀਂ ਇਹਨਾਂ ਤੋਂ ਪੁੱਛ ਲਓ ਹਾਂਜੀ ਬਾਈ ਜੀ ਬਾਈ ਜੀ ਮੈਂ ਇਹ ਮਸ਼ੀਨ ਨੂੰ 2 ਸਾਲ ਤੋਂ ਚਲਾ ਰਿਹਾ ਠੀਕ ਹੈ ਜੀ ਪਿਛਲੇ 2 ਸਾਲ ਤੋਂ ਪੂਰੀ ਵਧੀਆ ਪਰਫਾਰਮੈਂਸ ਦੇ ਰਹੀ ਆ ਠੀਕ ਹੈ ਜੀ ਦੇਖੋ ਮੈਂ ਝੋਨੇ 'ਚ ਚਲਾਤੀ ਮੱਕੀ 'ਤੇ ਚਲਾਤੀ ਮੂੰਗੀ 'ਤੇ ਚਲਾਤੀ ਕਣਕ 'ਤੇ ਚਲਾਤੀ ਠੀਕ ਹੈ ਜੀ ਸਾਰੀਆਂ ਫਸਲਾਂ ਘੱਟੋ ਘੱਟ ਮੈਂ 2800 2700 2800 ਏਕੜ ਦੇ ਆਸ ਪਾਸ ਇਹ ਨਾਲ ਵੱਢਤੇ ਜੀ ਠੀਕ ਹੈ ਬਾਈ 2700 ਕਿੱਲੇ ਵੱਢ ਕੇ ਭਾਅ ਜੀ ਉਹਨਾਂ ਨੇ ਵਧੀਆ ਕੋਈ ਸਮਾਂ ਦਿੱਕਤ ਨਹੀਂ ਆਈ ਜੀ ਕੋਈ ਦਿੱਕਤ ਨਹੀਂ ਆਈ ਜੇ ਛੋਟੀ ਮੋਟੀ ਹੋਊਗੀ ਤਾਂ ਕੰਪਨੀ ਪੂਰੀ ਨਾਲ ਖੜਦੀ ਆ ਸਰਵਿਸ ਪੂਰੀ ਆਈ ਵੀ ਨਹੀਂਗੀ ਸਰਵਿਸ ਪੂਰੀ ਐਨ ਕੰਪਨੀ ਦੀ ਜਿੰਨੀ ਕਰਤਾਰ ਦਿੰਦੀ ਆ ਮੇਰੇ ਹਿਸਾਬ ਨਾਲ ਕੋਈ ਜਿੰਦ ਨਹੀਂ ਸਹੀ ਗੱਲ ਆਈ ਤੁਹਾਡੀ ਇਹ ਬਾਕੀ ਹੁਣ ਮੇਰਾ ਤਾਂ ਵੀ ਪਹਿਲੋਂ ਇੰਨੇ ਜ਼ਿਆਦੀਆਂ ਕਾਲਾਂ ਆਉਣੀਆਂ ਤੁਹਾਨੂੰ ਪਤਾ ਹੀ ਆ ਵੀ ਆਪਾਂ ਕੰਬਾਈਨਾਂ ਦੀ ਵੀਡੀਓ ਪਾਉਂਦੇ ਹਾਂ ਵੀ ਸਰਵਿਸ ਕਰਨੀ ਤਾਂ ਸਾਰੀ ਜਿਹੜੀ ਕੰਬਾਈਨ ਰਜਿਸਟਰੀ ਹੈ ਗਿਰਦੀ ਆ ਇਹ ਗੱਲ 'ਤੇ ਅੱਛਾ ਤੁਹਾਨੂੰ ਕੋਈ ਹੋਰ ਜਿਵੇਂ ਡਬਲ ਥ੍ਰੈਸਰ 'ਤੇ ਕੋਈ ਟੋਟਾ ਜਾਂ ਕੋਈ ਪਿੱਛੇ ਛਿੱਟੇ 'ਚ ਬਈ ਇਹ ਜੀ ਕੋਈ ਵੀ ਪ੍ਰੋਬਲਮ ਨਹੀਂ ਜੇ ਮੈਂ 21 ਦੇ ਵਿੱਚ ਪ੍ਰੋਬਲਮ ਬਹੁਤ ਜ਼ਿਆਦਾ ਹੁੰਦੀ ਹਾਂਜੀ 21 ਦੇ ਵਿੱਚ ਨਾਰਮਲ ਜਿਹੜੇ ਆ ਐਲੈਕਸ ਮੋ ਜਮਾ ਹੀ ਕੋਈ ਪ੍ਰੋਬਲਮ ਨਹੀਂ ਅੱਛਾ ਜੀ ਤੇ ਪੂਰੀ ਚੰਗੀ ਵਧੀਆ ਫਸਲ ਕੱਟਣ ਲਈ ਪੂਰੀ ਵਧੀਆ ਮਸ਼ੀਨ ਕਿਸੇ ਵੀ ਫਸਲ ਠੀਕ ਹੈ ਜੀ ਕੋਈ ਇਦਾਂ ਦੀ ਦਿੱਕਤ ਨਹੀਂ ਵੀ ਪਰਾਲੀ ਨੂੰ ਬਰੀਕ ਕਰ ਦੋ ਜਾਂ ਕਣਕ ਦੇ ਵਿੱਚ ਉਹ ਕੁਝ ਨਹੀਂ ਹੈਗਾ ਅੱਛਾ ਮਤਲਬ ਜੀ ਮੈਂ ਆਪਣਾ ਹੁਣ ਤੁਹਾਨੂੰ ਤੁਸੀਂ ਤਾਂ ਚਲੋ ਚਲਾਈ ਆ ਜਿਵੇਂ ਮੰਨ ਲਓ ਇੱਕ ਥ੍ਰੈਸਰ ਦੀ ਸੈਟਿੰਗ ਮੰਨ ਲਓ ਦਾਣਾ ਦੂਣਾ ਜਿਵੇਂ ਤੋੜਦੀ ਆ ਜਾਂ ਆਪਾਂ ਚੱਕਰ ਘੱਟ ਵੱਧ ਕਰਦੇ ਹਾਂ ਫਿਰ ਆਪਾਂ ਨੂੰ ਤੁਸੀਂ ਉਹ ਮੂਹਰਲੇ ਥ੍ਰੈਸਰ ਦੇ ਹੀ ਕਰ ਦਿੰਦੇ ਆ ਕਿ ਪਿੱਛੇ ਦੇ ਮੂਹਰਲੇ ਥ੍ਰੈਸਰ ਦੇ ਚੱਕਰ ਅਲੱਗ ਉੱਪਰ ਹੋ ਜਾਂਦੇ ਆ ਜੀ ਹਾਂਜੀ ਉਹ ਪੂਰੇ ਤੇ ਕਰਨੀ ਹੈ ਜੀ ਪਿੱਛੇ ਤੁਹਾਨੂੰ ਕੋਈ ਲੋਡ ਪਵੇ ਵੈਸੇ ਤਾਂ ਦੇਖੋ ਜੀ ਇਹ ਦਾਣਾ ਤੋੜਦਾ ਬਹੁਤ ਵੱਡੇ ਕੰਬਾਈਨ 'ਚ ਨਹੀਂ ਹੁੰਦਾਗਾ ਹਾਂਜੀ ਫੋਰਮੈਨ ਤੇ ਬਹੁਤ ਡਿਪੈਂਡ ਹਾਂਜੀ ਹਾਂਜੀ ਸੈਟਿੰਗ ਤੇ ਜ਼ਿਆਦਾ ਉਹ ਹੁੰਦਾ ਸੈਟਿੰਗ ਤੇ ਕੰਬਾਈਨ ਦੀ ਤੇ ਕਿੱਥੇ ਕਰਦਾ ਹਾਂਜੀ ਹਾਂਜੀ ਫੋਰਮੈਨ ਕਿੰਨੀ ਕੁ ਸੈਟਿੰਗ ਕਰਕੇ ਚੱਲਦਾ ਹਾਂਜੀ ਹਾਂਜੀ ਤੇ ਜੇ ਤੁਹਾਨੂੰ ਮਾੜਾ ਮੋਟਾ ਲੱਗੇ ਮਗਰਲਾ ਥ੍ਰੈਸ਼ਰ ਉਹਨੂੰ ਬਸ ਤੁਸੀਂ ਦੇਖ ਲਓ ਵੀ ਜੇ ਤੁਹਾਨੂੰ ਲੋਡ ਹੈਗੀ ਆ ਵੀ ਕਿਤੇ ਕਰਦੀ ਆ ਦਾਣੇ ਤੇ ਠੀਕ ਹੈ ਜੀ ਬਾਕੀ ਇਹ ਜਿਹੜੀ ਬਲੌਰ ਆ ਜੀ ਇਹ ਆਪਣੇ ਜ਼ਿਆਦੇ ਫਰਾਂ ਵਾਲਾ ਇਹਦਾ ਕੀ ਫਾਇਦਾ ਭਾਈ ਜੀ ਇਹਦੇ ਦੇਖੋ ਫੰਕਸ਼ਨ ਬਹੁਤ ਜ਼ਿਆਦਾ ਨੇ ਅੱਛਾ ਜੀ ਸਫਾਈ ਜ਼ਿਆਦਾ ਰੱਖਦਾ ਵਾ ਸਫਾਈ ਜ਼ਿਆਦਾ ਰੱਖਦਾ ਜ਼ਿਆਦਾ ਰੱਖਦਾ ਵਾ ਬਹੁਤ ਜ਼ਿਆਦਾ ਫੰਕਸ਼ਨ ਨੇ ਠੀਕ ਹੈ ਜੀ ਠੀਕ ਹੈ ਜੀ ਨਾਰਮਲ ਮਸ਼ੀਨਾਂ ਨੂੰ ਕੁਝ ਵੱਖਰਾ ਵਾ ਜਿਵੇਂ ਹੁਣ ਬਾਹਰੋਂ ਵੀ ਕੰਪਨੀਆਂ ਆਉਂਦੀਆਂ ਮੈਂ ਕਿਸੇ ਦਾ ਨਾਂ ਤਾਂ ਨਹੀਂ ਲੈਣਾ ਚਾਹੁੰਦਾ ਹਾਂਜੀ 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 ਤੇ ਇਹ ਨਵੀਂ ਟੈਕਨੀਕ ਹੈ ਇੱਕ ਜਿਹੜੀ ਬਹੁਤ ਵਧੀਆ ਚੱਲਦੀ ਹੈ ਕੋਈ ਸਮੱਸਿਆ ਹੈ ਨਹੀਂ ਦੇਖੋ ਹੋਰ ਕੰਪਨੀਆਂ ਦੀਆਂ ਮਸ਼ੀਨਾਂ ਵੀ ਡਬਲ ਥ੍ਰੈਸ਼ਰ 'ਚ ਆਉਂਦੀਆਂ ਨੇ ਪਰ ਜਿਹੜਾ ਇੱਕ ਫੰਕਸ਼ਨ 'ਚ ਉਹਨਾਂ ਨਾਲੋਂ ਜ਼ਿਆਦਾ ਵਾ ਤੇ ਬਾਕੀ ਹੋਰ ਜਿਹੜੇ ਫੰਕਸ਼ਨ ਉਹ ਵੀ ਉਹਨਾਂ ਨਾਲੋਂ ਜ਼ਿਆਦਾ ਆਪਣੇ ਵਾਲੀ 4x4 ਹੈ ਜੀ 4x4
ਠੀਕ ਹੈ ਜਿਵੇਂ ਮੰਨ ਲਓ ਹੁਣ ਆਪਣਾ ਮੱਕੀ ਦੇ ਸੀਜ਼ਨ 'ਚ ਮੈਂ ਵੀ ਮੱਕੀ ਜੁੱਤੀ ਸੀਜ਼ਨ 'ਚ ਤਾਂ ਜਿਵੇਂ ਮੀਂਹ ਮੂੰਹ ਪੈ ਜਾਂਦਾ ਤਾਂ ਬਾਅਦ 'ਚ ਫਿਰ ਤਾਂ ਨਜ਼ਾਰਾ ਜੀ ਫਿਰ ਪੈਸੇ ਬਣਾ ਕੇ ਦਿੰਦੀਆਂ ਆਹ ਫਿਰ ਦੂਈਆਂ ਮਸ਼ੀਨਾਂ ਚੱਲਦੀਆਂ ਨੇ ਖੜ ਜਾਂਦੀਆਂ ਫਿਰ 4x4 ਹੀ ਚੱਲਦੀਆਂ ਆਪਣਾ ਪਿੰਡ ਕਿਹੜਾ ਭਾਅ ਜੀ ਆਪਣਾ ਪਿੰਡ ਹੈ ਜੀ ਲੁਧਿਆਣੇ ਤੋਂ ਕੋਈ 10-12 ਕਿਲੋਮੀਟਰ 'ਤੇ ਮੁੱਲਾਪੁਰ ਦਾਖਾ ਮੁੱਲਾਪੁਰ ਦੇ ਨਾਲ ਪਿੰਡ ਦਾਖਾ ਇਹ ਵੀਰ ਉਹਨਾਂ ਨੇ ਸੀਜ਼ਨ 'ਚ ਮੈਨੂੰ ਫੋਨ ਵੀ ਕਰਿਆ ਤਾਂ ਕਹਿੰਦੇ ਵੀ ਡਬਲ ਥਰੈਸ਼ਰ ਮਸ਼ੀਨ ਆਪਣੇ ਕੋਲ ਇਹ ਕਰਤਾ ਇਹ ਇਹਦੇ ਬਾਰੇ ਕਰਿਆ ਤਾਂ ਭਾਅ ਤੁਸੀਂ ਮੈਂ ਕਿਹਾ ਚਲੋ ਤੁਸੀਂ ਦੇਖ ਕੇ ਹਾਂ ਭਾਅ ਜੀ ਨੇ ਕਹਿੰਦੇ ਵੀ ਤੁਹਾਨੂੰ ਜ਼ਰੂਰ ਦਿਖਾਉਣੇ ਆ ਵੀ ਬਾਈ ਜਦੋਂ ਆਪਾਂ ਦੇਖੋ ਚਲੋ ਫੈਨ ਤਾਂ ਤੁਹਾਨੂੰ ਪਤਾ ਜਿਹੜੀ ਚੀਜ਼ ਮਾਰਕੀਟ ਦੇ ਵਿੱਚ ਵਧੀਆ ਚੱਲੂਗੀ ਹੁਣ ਆਪਾਂ ਤਾਂ ਹੱਥ ਬਣਾਉਂਦੇ ਹਾਂ ਵੀਰੇ ਜਿਹੜੀ ਚੀਜ਼ ਸਾਨੂੰ ਸਾਡਾ ਸਾਥ ਦਊਗੀ ਅਸੀਂ ਉਹੀ ਚੀਜ਼ ਨੂੰ ਉਹ ਕਰਾਂਗੇ ਦੇਖੋ ਬਾਈ ਜੀ ਮੈਂ ਪਿਛਲੇ 15 ਸਾਲਾਂ ਤੋਂ ਬਾਈ ਉਹਨਾਂ ਨਾਲ ਜੁੜਿਆ ਹੋਇਆ 15 ਤੋਂ ਵੀ ਜ਼ਿਆਦਾ ਹੋ ਹਾਂਜੀ ਹਾਂਜੀ ਪਰ ਮੈਨੂੰ ਕਦੇ ਇਹੋ ਜਿਹੀ ਦਿੱਕਤ ਨਹੀਂ ਹੈਗੀ 15 ਸਾਲਾਂ ਦੇ ਬਾਅਦ ਬਹੁਤ ਵੱਡਾ ਪੀਰੀਅਡ ਹੁੰਦਾ ਵਾ ਇਹ ਲੈਣ ਦਾ ਹਾਂਜੀ ਹਾਂਜੀ ਬਹੁਤ ਕੁਛ ਚੇਂਜ ਹੁੰਦਾ ਵਾ ਪਰ ਜੋ 15 ਸਾਲ ਪਹਿਲਾਂ ਸੀ ਉਸ ਤੋਂ ਜ਼ਿਆਦਾ ਹੋਇਆ ਕੋਈ ਘੱਟ ਨਹੀਂ ਬਾਕੀ ਐਂ ਨਵੀਂ ਤੋਂ ਨਵੀਂ ਜਿਹੜੀ ਚੀਜ਼ ਲੈ ਕੇ ਆਉਂਦੀ ਰਹਿੰਦੀ ਹੈ ਕਰਤਾਰ ਕਮਾਇ ਨਾਲ ਲੈ ਕੇ ਆਉਂਦੀ ਰਹਿੰਦੀ ਹੈ ਮਾਰਕੀਟ 'ਚ ਆਉਂਦੇ ਰਹਿੰਦੇ ਹਾਂ ਬਾਕੀ ਸਰਵਿਸ ਦਾ ਵੀ ਬਹੁਤ ਫਰਕ ਆ ਇਹ ਚੀਜ਼ ਦਾ ਸਰਵਿਸ ਕਿਸੇ ਵੀ ਪ੍ਰੋਡਕਟ ਲਈ ਸਭ ਤੋਂ ਵੱਡਾ ਉਹ ਹਾਂਜੀ ਹਾਂ ਇੰਡਸਟਰੀ ਨੂੰ ਖੜਾ ਕਰਨ 'ਚ ਸਭ ਤੋਂ ਵੱਡਾ ਹੱਥ ਸਰਵਿਸ ਦਾ ਹੁਣ ਆਪਣੇ ਮੱਕੀ ਦੇ ਸੀਜ਼ਨ 'ਚ ਅਸੀਂ ਕਟਰ ਮਸ਼ੀਨ ਕਟਰ ਨਵਾਂ ਲੈ ਗਏ ਤੇ ਅਸੀਂ ਇੱਕ ਫੋਨ 'ਤੇ ਸਾਡੇ ਸਰਵਿਸ ਉੱਥੇ ਜਦੇ ਘੰਟੇ ਅੱਧੇ ਘੰਟੇ ਦੇ ਵਿੱਚ ਇਹਨਾਂ ਦਾ ਪਰਗਟ ਫੋਰਮੈਨ ਜਦੇ ਪਹੁੰਚ ਜਾਂਦਾ ਤਾਂ ਕੋਈ ਸਾਨੂੰ ਦਿੱਕਤ ਨਹੀਂ ਆਈ ਮੱਕੀ ਦੀ 2010 'ਚ ਇੱਕ ਮਸ਼ੀਨ ਲਈ ਹਾਂਜੀ 11 'ਚ ਵੀ ਲਈ ਉਹ ਤੋਂ ਪਹਿਲਾਂ ਇੱਕ ਮਸ਼ੀਨ ਲਈ ਫਿਰ 14 'ਚ ਮਸ਼ੀਨ ਲਈ ਫਿਰ ਇੱਕ 12 'ਚ ਵੀ ਲਈ ਅੱਛਾ ਜੀ ਅਤੇ ਫਿਰ ਦੇਖੋ ਜੀ ਜੇ ਮੈਂ ਤਾਂ ਜਦੋਂ ਦਾ ਵੀ ਵਰਤਿਆ ਜਿੰਨੀ ਕਰਾਂ ਮੈਨੂੰ ਤਾਂ ਇਹ ਲੱਗਿਆ ਵੀ ਇਦੋਂ ਬੈਸਟ ਸਰਵਿਸ ਕਿਸੇ ਕੰਪਨੀ ਹੈ ਨਹੀਂ ਜੀ ਹੁਣ ਬਹੁਤ ਪ੍ਰੋਡਕਟ ਇਹੋ ਜਿਹੇ ਆਉਂਦਾ ਜਿਹਨਾਂ ਦਾ ਸਮਾਨ ਹੀ ਨਹੀਂ ਮਿਲਦਾ ਯਾਰ ਸਹੀ ਗੱਲ ਆ ਜੀ ਸਮਾਨ ਦੀ ਬੜੀ ਸਮੱਸਿਆ ਆਉਂਦੀ ਆ ਚਲੋ ਜੀ ਵੱਡੀ ਗੱਲ ਇਹ ਆ ਕਿ ਮੈਂ ਬਾਈ ਉਹਨਾਂ ਦੇ ਨਾਲ ਮਸ਼ੀਨ ਦੇ ਨਾਲ ਨਾਲ ਟਰੈਕਟਰ ਨਾਲ ਵੀ ਜੁੜਿਆ ਹੋਇਆ ਵਾ ਅੱਛਾ ਟਰੈਕਟਰ ਦੀ ਟਰੈਕਟਰ ਕਿਵੇਂ ਚੱਲ ਵਧੀਆ ਚੱਲਦਾ ਜੀ ਟਰੈਕਟਰ ਦੀ ਯਾਰ ਇੱਕ ਨੰਬਰ ਚੀਜ਼ ਆ ਇਹ ਟਰੈਕਟਰ ਦਾ ਬਾਈ ਦੇਖਣ ਨੂੰ ਲੋਕ ਕਹਿੰਦੇ ਆ ਵੀ ਜੀਟਰ ਨੇ ਜੀ ਜੋ ਕੀਤਾ ਸੀ ਉਹ ਇਹ ਕਰੂਗਾ ਅੱਛਾ ਜੀ ਠੀਕ ਹੈ ਸਾਰਾ ਕੁਝ ਵੀ ਲੰਬਾਈ ਚ ਬਹੁਤ ਫਿਰ ਅਸੀਂ ਬਾਈ ਦੇ ਉਹਨਾਂ ਦੇ ਰੋਟਾਵੀਟਰ ਵੀ ਆਪਾਂ ਚਲਾ ਰਹੇ ਹਾਂ ਅੱਛਾ ਰੋਟਾਵੀਟਰ ਵੀ ਲੈ ਕੇ ਗਏ ਤੁਸੀਂ ਹੁਣ ਜਿੰਨਾ ਵੀ ਆਪਣਾ ਮੰਨ ਲਓ ਭਾਜੀ ਉਹਨੀ ਸਾਰੀ ਯੂਜ ਕਰਦੇ ਨੇ ਵਰਤ ਰਹੇ ਨੇ ਕੰਬਾਈਨ ਤੋਂ ਲੈ ਕੇ ਛੋਟੇ ਇੰਪਲੀਮੈਂਟ ਟਰੈਕਟਰ ਹੋ ਗਿਆ ਮੱਕੀ ਵਾਲਾ ਕਟਰ ਹੋ ਗਿਆ ਦੇਖੋ ਹਨਾ ਠੀਕ ਹੈ ਜੀ ਰੋਟਾਵੀਟਰ ਵੀ ਯੂਜ ਕਰਦੇ ਨੇ ਸੁਪਰ ਸੀਡਰ ਵੀ ਵਰਤ ਰਹੇ ਨੇ ਰੋਟਾਵੀਟਰ ਤਾਂ ਦੋ ਹੋਰ ਕੱਲ ਹੀ ਮੇਰਾ ਮੈਂ ਫੋਨ ਕੀਤਾ ਬਾਈ ਨੂੰ ਵੀ ਤਿਆਰ ਕਰ ਦਿਓ ਚਾਹੀਦੇ ਨੇ ਆ ਜਿਹੜੀ ਚੀਜ਼ ਵਧੀਆ ਹੋਊਗੀ ਵੀਰੇ ਉਹੀ ਚੀਜ਼ ਲੈਂਦਾ ਅਗਲਾ ਜ਼ਿਮੀਦਾਰ ਨੂੰ ਵੀ ਐਂ ਵੀ ਕੋਈ ਟਰੈਕਟਰ ਲੋਡ ਨਾ ਲਵੇ ਬਾਕੀ ਜਿਵੇਂ ਹੁਣ ਮਸ਼ੀਨ ਤਾਂ ਅਸੀਂ ਚਲਾਉਂਦੇ ਹਾਂ ਮਸ਼ੀਨ ਦਾ ਤਾਂ ਸਾਨੂੰ ਵੀ ਹੋਰ ਮਸ਼ੀਨ ਤੋਂ ਸਾਡਾ ਬਹਿਣ ਨੂੰ ਦਿਲ ਨਹੀਂ ਕਰਦਾ ਹੈਗਾ ਬਾਕੀ ਭਾਅ ਜੀ ਉਹਨਾਂ ਨੇ ਤੁਹਾਨੂੰ ਦੱਸ ਹੀ ਦਿੱਤਾ ਦੇਖੋ ਵੀ 13-14 ਸਾਲ ਹੋ ਗਏ ਨਾ ਤੁਹਾਡੇ ਸਾਡੇ ਨਾਲ ਜੁੜਿਆ ਨੂੰ ਇਹਨਾਂ ਨੂੰ ਹਾਂਜੀ ਹਾਂਜੀ ਹਨਾ ਵੀ ਕੀ ਕਾਰਨ ਹੋ ਸਕਦਾ ਦੇਖੋ ਹਰੇਕ ਪੱਖੋਂ ਇਹ ਖੁਸ਼ ਨੇ ਹਾਂਜੀ ਇਹਨਾਂ ਦੀ ਸੰਤੁਸ਼ਟੀ ਹੈ ਤਾਂ ਹੀ ਇੰਨਾ ਲੰਮਾ ਸਮਾਂ ਹੋ ਗਿਆ ਸਾਡੇ ਨਾਲ ਇਹਨਾਂ ਨੂੰ ਰੈਗੂਲਰ ਚੱਲਦਿਆਂ ਨੂੰ ਚਲੋ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਬਾਈ ਜੀ ਅੱਜ ਆਪਾਂ ਆਏ ਹੋਏ ਹਾਂ ਕਰਤਾਰ ਵਾਲਿਆਂ ਦੇ ਪਲਾਂਟ ਦੇ ਵਿੱਚ ਅੱਜ ਵੀਰ ਉਹਨਾਂ ਨੇ ਕਰਤਾਰ ਕੰਪਨੀ ਦੇ ਵਿੱਚ ਅੱਜ ਇੱਕ ਨਵਾਂ ਇੱਕ ਕੰਬਾਈਨ ਹੈ ਲਾਂਚ ਕੀਤੀ ਹੈ ਪਹਿਲਾਂ ਕੰਬਾਈਨਾਂ ਤਾਂ ਬਹੁਤ ਸਮੇਂ ਤੋਂ ਆਉਂਦੀਆਂ ਨੇ ਇਸ ਕੰਬਾਈਨ ਦੇ ਵਿੱਚ ਕੁਛ ਇਹਨਾਂ ਨੇ ਨਵਾਂ ਹੋਰਾਂ ਨਾਲੋਂ ਡਿਫਰੈਂਟ ਕੀਤਾ ਹੈ ਸੋ ਵੀਰ ਉਹਨੀ ਪਹਿਲਾਂ ਤਾਂ ਵੀਰ ਉਹਨੇ ਇੰਟਰੋਡਕਸ਼ਨ ਕਰਾ ਦੇਣਾ ਵੀਰੇ ਕੀ ਨਵਾਂ ਜੀ ਆਪਣਾ ਮੇਰਾ ਨਾਮ ਹੈ ਜੀ ਠੀਕ ਹੈ ਜੀ ਸੋ ਵੀਰ ਉਹਨੀ ਕਰਤਾਰ ਦੇ ਵਿੱਚ ਆਪਣਾ ਵਰਕ ਕਰਦੇ ਨੇ ਅਤੇ ਬਾਈ ਉਹਨਾਂ ਨਾਲ ਆਪਾਂ ਪੁੱਛਦੇ ਹਾਂ ਵੀ ਵੀਰੇ ਦੇ ਵਿੱਚ ਸਭ ਤੋਂ ਪਹਿਲਾਂ ਚਲੋ ਬਾਕੀ ਕੰਬਾਈਨਾਂ ਤਾਂ ਜਿਵੇਂ ਨੋਰਮਲ ਪਹਿਲਾਂ ਵੀ ਤੁਹਾਡੀਆਂ ਚੱਲਦੀਆਂ ਹੁੰਦੀਆਂ ਸੀਗੀਆਂ ਅਤੇ ਇਹ ਕੰਬਾਈਨ ਦੇ ਵਿੱਚ ਹੋਰਾਂ ਨਾਲੋਂ ਜਿਹੜਾ ਵੱਖਰਾ ਜਿਹੜਾ ਤੁਸੀਂ ਇੱਦਾਂ ਫੰਕਸ਼ਨ ਕੀਤਾ ਲਾਂਚਿੰਗ ਕੀ ਵੱਖਰਾ ਕੀਤਾ ਠੀਕ ਹੈ ਜਿਹੜਾ ਬਾਕੀ ਕੰਬਾਈਨਾਂ ਨਾਲੋਂ ਕਾਫੀ ਡਿਫਰੈਂਸ ਆ ਓਕੇ ਬਾਕੀ ਜਿਹੜੇ ਹੋਰ ਬਾਕੀ ਮਸ਼ੀਨਾਂ ਨਾਲ ਇਹਦੇ ਫੀਚਰਸ ਨੇ ਉਹ ਮੈਂ ਤੁਹਾਨੂੰ ਦੱਸ ਦਿੰਦਾ ਠੀਕ ਹੈ ਫਰਕ ਸੀਗਾ ਆਪਣਾ ਲਾਂਚਿੰਗ ਦਾ ਡਬਲ ਉਹ ਫੋਨ ਦੇ ਹੀ ਆਪਣੇ ਵਾਲਾ ਰਿਕਾਰਡਿੰਗ ਦੂਜੇ ਦੇ ਆਨ ਹੋਰਾਂ ਕੰਬਾਈਨਾਂ ਦੇ ਨਾਲੋਂ ਇਸ ਕੰਬਾਈਨ ਦੇ ਵਿੱਚ ਕੀ ਡਿਫਰੈਂਟ ਆ ਨਾ ਵੀਰੇ ਕੀਤਾ ਸੋ ਉਹਦੇ ਬਾਰੇ ਜ਼ਰੂਰ ਸਾਨੂੰ ਜਾਣਕਾਰੀ ਦਿਓ ਆਪਣੇ ਕਿਸਾਨ ਵੀਰਾਂ ਨੂੰ ਹਾਂਜੀ ਹਾਂਜੀ ਠੀਕ ਹੈ ਡਬਲ ਥਰੈਸ਼ਰ ਇਹਦੇ ਵਿੱਚ ਹੁੰਦਾ ਹਾਂਜੀ ਠੀਕ ਹੈ ਜੀ ਹਾਂਜੀ